ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਤੇ ਉਹ ਗਰਮ ਹੋ ਜਾਊਗਾ ਇਥੇ ਬਚਾ ਕੇ ਜੇ ਕਿਤੇ ਰੱਖ ਦਿੰਨੇ ਆ ਉਹਦੇ ਵਿੱਚ ਰੱਖ ਦਗੇ ਆਪਾਂ ਇਹਦੇ ਵਿੱਚ ਕੜੀ ਕਰ ਦਗੇ ਤੇ ਹੁਣ ਮੈਂ ਇਹਦਾ ਟੈਂਪਰੇਚਰ ਤੁਹਾਨੂੰ ਦਿਖਾਉਣਾ ਇੱਥੋਂ ਅੰਦਰ ਦਾ ਪਹਿਲਾਂ ਬਾਹਰ ਦਾ ਦਿਖਾ ਦੇਵਾਂ ਆ ਤੁਸੀਂ ਵੇਖ ਸਕਦੇ ਹੋ ਕਿ 22 ਡਿਗਰੀ ਆਪਾਂ ਬਾਹਰ ਦਾ ਟੈਂਪਰੇਚਰ ਇਹਦਾ ਜੇ ਮੈਂ ਇਹਦਾ ਅੰਦਰ ਦਾ ਟੈਂਪਰੇਚਰ ਤੁਹਾਨੂੰ ਦਿਖਾਵਾਂ ਆ ਤੁਸੀਂ ਵੇਖੋ ਜੀ 131 ਡਿਗਰੀ ਤਾਪਮਾਨ ਇਹਦੇ ਅੰਦਰ ਦਾ ਜੀ ਤਾਂ ਕਰਕੇ ਪਾਣੀ ਨੂੰ ਉਬਾਲਾ ਦਿੰਦਾ ਇਹ ਸਤਿ ਸ੍ਰੀ ਅਕਾਲ ਜੀ ਅੱਜ ਨਾ ਆਪਾਂ ਪਾਣੀ ਵਾਲਾ ਗੀਜ਼ਰ ਲਾਉਣ ਲੱਗੇ ਹਾਂ ਸੋਲਰ ਵਾਲਾ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਪਾਈਆਂ ਸੀਗੀਆਂ ਇਹਦੇ ਉੱਪਰ ਅਤੇ ਹੋ ਸਕਦਾ ਉਹ ਤੁਸੀਂ ਨਾ ਦੇਖੀਆਂ ਹੋਣ ਕਿਉਂਕਿ ਕੁਛ ਦਰਸ਼ਕ ਜਿਹੜੇ ਆਪਣੇ ਨਾਲ ਬਾਅਦ ਦੇ ਵਿੱਚ ਜੁੜੇ ਆ ਉਹਨਾਂ ਨੇ ਉਸ ਹੋ ਸਕਦਾ ਵੀਡੀਓ ਨਾ ਦੇਖੀਆਂ ਹੋਣ ਅਤੇ ਕੁਛ ਮੰਗ ਵੀ ਆ ਰਹੀ ਸੀ ਕਿ ਸੋਲਰ ਵਾਲਾ ਜੋ ਗੀਜ਼ਰ ਆ ਇਹਦੇ 'ਤੇ ਵੀਡੀਓ ਬਣਾਈ ਜਾਵੇ ਅਤੇ ਅੱਜ ਆਪਾਂ ਇਹ ਫਿੱਟ ਕਰਨ ਲੱਗੇ ਹਾਂ ਸੋਲਰ ਵਾਲਾ ਗੀਜ਼ਰ ਅਸਲ ਦੇ ਵਿੱਚ ਜੇ ਮੈਂ ਦਿਖਾਵਾਂ ਤਾਂ ਇਹਨਾਂ ਨੇ ਨਾ ਪਹਿਲਾਂ ਲਗਾਇਆ ਹੋਇਆ ਸੀਗਾ ਆਹ ਪਿਆ ਗੀਜ਼ਰ ਅਤੇ ਆਹ ਸਟੈਂਡ ਤਾਂ ਆਪ ਬਣਾਇਆ ਸੀ ਆਹ ਵਾਲਾ ਗੀਜ਼ਰ ਆ ਅਤੇ ਇਹਦੇ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਲਾ ਕੇ ਰੱਖਿਆ ਪਿਆ ਪਾਸੇ ਇਹਦਾ ਕੀ ਕਾਰਨ ਸੀਗਾ ਇਹ ਪਾਸੇ ਕਿਉਂ ਲਾਇਆ ਅਤੇ ਫਿਰ ਇਹ ਦੁਬਾਰਾ ਹੀ ਸੋਲਰ ਵਾਲਾ ਹੀ ਕਿਉਂ ਲਗਾਉਣ ਲੱਗੇ ਆ ਇਹ ਲੱਗੇ ਨੂੰ ਕਿੰਨੇ ਸਾਲ ਹੋ ਗਏ ਬਾਈ ਉਹਨੂੰ ਆਪਣਾ ਜਿਹੜਾ ਲਾ ਕੇ ਰੱਖਿਆ 6-7 ਸਾਲ 6-7 ਸਾਲ ਹੋ ਗਏ 7 ਸਾਲ ਹੋ ਗਏ ਅਤੇ ਬਾਕੀ ਜਿਵੇਂ ਕਹਿ ਦਿੰਦੇ ਹਾਂ ਵੀ ਕਿਸੇ ਚੀਜ਼ ਦਾ ਜਦੋਂ ਬੰਦੇ ਨੂੰ ਨਸ਼ਾ ਲੱਗ ਜਾਏ ਜਾਂ ਲੱਤ ਲੱਗ ਜਾਏ ਹੈ ਨਾ ਉਹ ਤੋਂ ਬਿਨਾਂ ਰਹਿ ਨਹੀਂ ਸਕਦਾ ਸੇਮ ਉਹੀ ਚੀਜ਼ ਇਹ ਹੋਈ ਵੀ ਆ ਕਿ ਇਹਨਾਂ ਨੂੰ ਇਹਦਾ ਸਵਾਦ ਪਿਆ ਵਾ ਸੋਲਰ ਵਾਲੇ ਗੀਜ਼ਰ ਦਾ ਕਿਉਂਕਿ ਖਰਚਾ ਕੋਈ ਨਹੀਂ ਗਾ ਇੱਕ ਵਾਰੀ ਫਿੱਟ ਕੀਤਾ ਉਸ ਤੋਂ ਬਾਅਦ ਚੱਲੀ ਜਾਣਾ ਅਤੇ ਜਿਹੜੀ ਆਪਣੀ ਗੱਲ ਆ ਇਹ ਵੀ ਇਹ ਵਾਲਾ ਜੋ ਗਲਿਆ ਕਿਉਂ ਆ ਅਤੇ ਬਦਲਿਆ ਕਿਉਂ ਆ ਫਿਰ 6-7 ਸਾਲਾਂ ਬਾਅਦ ਉਹ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਹੀ ਜਾਣਾਂਗੇ ਇਹ ਲਾਉਣ ਲੱਗੇ ਜੀ ਅੱਜ ਆਪਾਂ ਇੰਟਰ ਸੋਲਰ ਤਾਂ ਬਾਕੀ ਕੋਈ ਕੰਪਨੀ ਦੀ ਐਡ ਵਗੈਰਾ ਨਹੀਂ ਗੀ ਜਿਹੜੀ ਕੰਪਨੀ ਸਾਹਮਣੇ ਆਊਗੀ ਫਿਰ ਉਹਦਾ ਨਾਂ ਤਾਂ ਲਿਆ ਹੀ ਜਾਊਗਾ ਇਹ ਸਟੈਂਡ ਵਗੈਰਾ ਇਹਨਾਂ ਦਾ ਹੀ ਆ ਹਾਂ ਸਾਰਾ ਕੁਛ ਬਾਈ ਇਹਨਾਂ ਦਾ ਹੀ ਆ ਸਟੈਂਡ ਤੋਂ ਇਕੱਲਾ ਇਕੱਲਾ ਨਟ ਵਾਸ਼ਰ ਹਰੇਕ ਚੀਜ਼ ਇਕੱਲੀ ਇਕੱਲੀ ਸੀਲ ਰੋਡ ਸਭ ਕੁਛ ਦਿੰਦੇ ਆ ਨਾਲ ਭਾਅ ਜੀ ਠੀਕ ਹਾਂਜੀ ਚੱਕ ਲਏਗਾ ਇਕੱਲਾ ਜੀ ਇਹ ਆ ਜੀ 200 ਲੀਟਰ ਵਾਲਾ ਅਤੇ ਇਹਦੇ ਨਾਲ ਆਉਂਦੀਆਂ 20 ਰਾੜਾਂ 10 ਇੱਕ ਡੱਬੇ 10 ਇੱਕ 'ਚ ਦੇਖੀ ਪੌੜੀ ਵੀ ਹਿਸਾਬ ਜਿਹਦੀ ਆ ਲਿਆ ਮੈਂ ਵੀ ਆਪੋ ਨਾ ਇੱਕ ਚੱਲ ਦੂਜਾ ਵੀ ਲਿਆਉਣਾ ਹੁਣ ਨਹੀਂ ਚੱਕ ਹਾਂ ਉਹ ਨਹੀਂ ਲਿਆਉਣਾ ਉਹ ਵੀ ਲਿਆਵਾਂ ਲੈ ਯਾਰ ਨੂੰ ਦੇ ਤੇ ਆਪਾਂ ਨੂੰ ਪਾਣੀ ਵੀ ਚਾਹੀਦਾ ਹੋਣਾ ਹਨਾ ਸਰਫ ਜੀ ਉਹਨੂੰ ਲਾਉਣ ਨੂੰ ਦਾ ਵੀ ਸ਼ੈਂਪੂ ਹੈਗਾ ਆਪਣੇ ਕੋਲ ਹੈਗਾ ਕਲੀਨ ਕੋ ਡਰਮ ਹੈਗਾ ਆ ਸ਼ੈਂਪੂ ਇਹਨਾਂ ਨੇ ਨਾਲ ਹੀ ਦਿੱਤਾ ਸ਼ੈਂਪੂ ਨਾਲ ਦਿੱਤਾ ਨਾਲ ਦਿੱਤਾ ਇੱਕ ਆ ਡੈਡ ਪਲੱਗ ਦਿੱਤਾ ਇਹਦੇ ਵਾਸਤੇ ਠੀਕ ਆ ਇਹਨੂੰ ਡੈਡ ਕਰਨਾ ਤੁਸੀਂ ਇਲੈਕਟ੍ਰਿਕ ਰੋਡ ਲਾਉਣੀ ਲਾ ਸਕਦੇ ਆ ਨਹੀਂ ਤੈਨੂੰ ਡੈਡ ਕਰ ਸਕਦੇ ਵੈਸੇ ਐਤਕੀ ਨਾ ਲੋਡ ਹੀ ਨਹੀਂ ਪਈ ਕਿਉਂਕਿ ਧੁੱਪ ਬਹੁਤ ਵਧੀਆ ਰਹੀ ਆ ਐਤਕੀ ਧੁੰਦਾਂ ਵਗੈਰਾ ਨਹੀਂ ਪੈਣ ਲੱਗੀਆਂ ਜਿਹਦੇ ਕਰਕੇ ਇਹ ਜ਼ਿਆਦਾ ਕਾਮਯਾਬ ਰਹੇ ਆ ਸੋਲਰ ਵਾਲੇ ਗੀਜ਼ਰ ਆ ਖੁੱਲ੍ਹਾ ਵਾ ਵੇਖੀ ਪਾਣੀ ਪੈਣ ਜੋਗਾ ਕਰਨ ਤੇ ਇੱਥੇ ਲਾ ਦਿਆਂਗੇ ਕਰਕੇ ਪਾਣੀ ਭਰ ਦਿਆਂਗੇ ਨਾਲ ਦੀ ਨਾਲ ਭਰੀ ਜਾਵੇ ਛੱਡ ਦੇ ਮਾੜਾ ਜਿਹਾ ਆਪਾਂ ਤਲੇ ਇੱਥੋਂ ਤੱਕ ਪਾਣੀ ਲੈ ਆਈਏ ਮੈਂ ਫਿਰ ਉਹ ਲਵਾਂ ਤਾਂ ਜਾਣ ਪਲਾਸ ਫਿਰ ਨਾਲ ਦੀ ਨਾਲ ਸਾਰਾ ਕੁਝ ਕੱਸ ਕੇ ਅੱਛਾ ਜਿਹੜਾ ਉਹ ਵਾਲਾ ਸੀਗਾ ਆਪਣਾ ਹਨਾ ਗਲਿਆ ਵਾ ਲਾਇਆ ਵਾ ਹਾਂਜੀ ਹਾਂਜੀ ਤੇ ਇਹ ਲਾਉਣ ਦਾ ਕੀ ਕਾਰਨ ਸੀ ਗਲਿਆ ਕਿਉਂ ਕੀ ਆ ਵੀ 5-6 ਸਾਲਾਂ ਤੱਕ ਗਲ ਜੂਗਾ ਨਹੀਂ ਜੀ ਇਹ ਨਾ ਇਹ ਨਹੀਂ ਗਲਦਾ ਇਹਦੇ GI ਦਾ ਹੈਗਾ ਜਿਹੜਾ ਅੰਦਰਲਾ ਝੋਲ ਅੰਦਰਲਾ ਜਿਹੜਾ ਇਹਦੇ ਟੈਂਕ ਆ ਨਾ GI ਦਾ ਅੱਛਾ ਇੱਕ ਇਹਦੀ ਇੰਸੂਲੇਟਰ ਮੋਟੀ ਆ ਠੀਕ ਆ ਇਹ ਗਲਦੇ ਨਹੀਂ ਅੱਛਾ ਅੱਛਾ ਉਹ ਸਟੀਲ ਦੇ ਸੀਗੇ ਸਟੀਲ ਦੇ ਜਦੋਂ ਸਟੀਮ ਬੰਦੀ ਸੀ ਨਾ ਉਹ ਪਾਟ ਜਾਂਦੇ ਸੀ ਸਟੀਲ ਅੱਛਾ ਹੁਣ GI ਦੇ ਦੋ ਪਾਸੇ ਏਅਰ ਨਿਕਲਣ ਨੂੰ ਬਣਾਤਾ ਇਹਨਾਂ ਨੇ ਸਿਸਟਮ ਠੀਕ ਇੱਕ ਤਾਂ ਆਪਾਂ ਇੱਥੋਂ ਏਅਰ ਕੱਢਣੀ ਆ ਇੱਕ ਉਧਰੋਂ ਏਅਰ ਕੱਢਣੀ ਆ ਏਅਰ ਨਿਕਲਣੀ ਬਾਹਲੀ ਜ਼ਰੂਰੀ ਆ ਇੱਕ ਟੈਂਕੀ ਨਾਲੋਂ ਇਹਦੀ ਬਸ ਵੱਧ ਤੋਂ ਵੱਧ 2-3 ਫੁੱਟ ਹਾਈਟ ਤੇ ਟੈਂਕੀ ਹੋਣੀ ਚਾਹੀਦੀ ਆ ਜਾਂ 5 ਫੁੱਟ ਹਾਈਟ ਤੇ ਟੈਂਕੀ ਹੋਣੀ ਚਾਹੀਦੀ ਆ ਇਸ ਤੋਂ ਉੱਚੀ ਇਹਦੀ ਟੈਂਕੀ ਨਹੀਂ ਹੋਣੀ ਚਾਹੀਦੀ ਬਾਕੀ ਇਹ ਸ਼ਾਇਦ ਜਿਵੇਂ ਇਹ ਕਨੈਕਸ਼ਨ ਤਾਂ ਪਹਿਲਾਂ ਚਾਲੂ ਸੀਗਾ ਉਹਨਾਂ ਪਾਈਪਾਂ ਤੇ ਲਾਦਾ ਉਹਨਾਂ ਪਾਈਪਾਂ ਤੇ ਲਾਦਾ ਠੀਕ ਆ ਹਾਂ ਇੱਕ ਵਾਰੀ ਆਪਾਂ ਇਹਨੂੰ ਟੰਪਰੇਲੀ ਭਰ ਰਹੇ ਆ
खोल के फिर निकलदी आ पूरी भरी पई हुंदी आ इस तरह खोल लई दा ਯਾਨੀ ਜਿੱਥੇ ਜ਼ਿਆਦਾ ਛੋਰੇ ਵਾਲੇ ਆ ਨਾ ਉੱਥੇ ਇਹ ਕਾਮਯਾਬ ਨਹੀਂ ਸਟੀਲ ਵਾਲਾ ਹਾਂ ਸਟੀਲ ਵਾਲਾ ਕਾਮਯਾਬ ਨਹੀਂ ਸਟੀਲ ਵਾਲਾ ਤਾਂ ਕਿਤੇ ਵੀ ਨਹੀਂ ਕਾਮਯਾਬ ਮਾੜੀ ਜਿਹੀ ਸਟੀਮ ਬੰਦੀ ਗਰਮੀ ਜੋ ਉਹਦੇ ਫਟ ਜਾਂਦਾ ਇਹ ਮਹਿੰਗਾ ਉਹਦੇ ਨਾਲੋਂ ਕਿ ਸਸਤਾ ਸਟੀਲ ਇਹ ਉਹਦੇ ਨਾਲੋਂ ਸਟੀਲ ਨਾਲੋਂ ਮਹਿੰਗਾ ਪੈਂਦਾ ਔਰ ਟੈਂਕ ਦਾ ਵੇਟ ਵੀ ਜ਼ਿਆਦਾ ਹੁੰਦਾ ਔਰ ਚਾਦਰ ਵੀ ਮੋਟੀ ਲੱਗੀ ਹੁੰਦੀ ਹੈ ਟੈਂਕ ਨੂੰ ਅਤੇ ਜੇ 200 ਲੀਟਰ ਵਾਲਾ ਆਪਾਂ ਗੱਲ ਕਰਦੇ ਕਿੰਨੇ ਕੁ ਦਾ ਪੈ ਜਾਂਦਾ ਨੀਅਰ ਅਬਾਊਟ ਕੋਈ 36-37 ਹਜ਼ਾਰ 'ਚ ਫਿਟਿੰਗ ਫੁਟਿੰਗ ਕਰਕੇ ਪੈ ਜਾਂਦਾ ਫਿਟਿੰਗ ਨਹੀਂ ਪੈਪ ਵਗੈਰਾ ਇਹ ਤਾਂ ਕਰਦਿਆਂ ਦੀ ਹੁੰਦੀ ਹੈ ਇਹ ਪੈਪ ਵਗੈਰਾ ਜੋ ਸਾਰਾ ਇਹ ਕਰਦਿਆਂ ਦਾ ਹੋਣਾ ਅੱਛਾ ਹਾਂਜੀ ਤੁਸੀਂ ਦੇਣੀ ਫਿਟਿੰਗ ਇਹਦੀ ਟੈਂਕ ਔਰ ਫਿਟਿੰਗ ਦੇਣੀ ਹੈ ਜੀ ਸਾਰੀ ਔਰ ਸਟ੍ਰਕਚਰ ਸਟੈਂਡ ਰੋੜਾਂ ਠੀਕ ਆ ਜੋ ਵੀ ਸਿਸਟਮ ਆ ਐਲੀਮੈਂਟ ਜਿਹੜਾ ਇਹ ਚ ਪੈਂਦਾ ਠੀਕ ਆ ਮਤਲਬ ਕੰਪਲੀਟ ਸੈੱਟ ਦਿੰਨੇ ਆ ਬਾਕੀ ਜੋ ਫਿਟਿੰਗ ਉਹ ਕਰਦੇ ਆ ਜੀ ਠੀਕ ਆ ਠੀਕ ਆ ਤੇ ਆ ਵਾਲਾ ਇਹਦਾ ਕਿਹੜਾ ਲੋਹੇ ਦਾ ਹੀ ਆ ਇਹ ਸਾਰਾ ਲੋਹੇ ਦਾ ਜਿਹੜੇ ਇਹਦੇ ਨਾਲ ਨਾਟ ਆ ਉਹ ਸਾਰੇ ਸਟੀਲ ਦੇ ਹੈਗੇ ਜਿੰਨੇ ਵੀ ਨਾਟ ਆ ਹਾਲੇ ਜੁਆਇੰਟ ਹਾਂ ਜੁਆਇੰਟ ਜਿਹੜੇ ਵੀ ਨਾਟ ਆ ਉਹ ਬਾਚਲਾਂ ਢਿਮਰੀਆਂ ਸਾਰੀਆਂ ਇਹਨਾਂ ਦੀਆਂ ਉਹ ਪਈਆਂ ਸਾਰੇ ਸਟੀਲ ਦੇ ਠੀਕ ਆ ਬਾਕੀ ਇਹਦੇ ਵਿੱਚ ਆਵੇ ਮੈਂ ਤੁਹਾਨੂੰ ਇੱਥੇ ਦਿਖਾਉਣਾ ਜਿਵੇਂ ਆਪਣੇ ਥਰਮੋਸ ਹੁੰਦੀ ਆ ਨਾ ਪਾਣੀ ਪੱਤਾ ਰੱਖਣ ਦੀ ਥਰਮੋਸ ਤਰ੍ਹਾਂ ਹੁੰਦਾ ਹੈ ਇਹਦੇ ਵਿੱਚ ਆ ਦੇਖੋ ਫੋਮ ਪਾਈ ਹੋਈ ਅਤੇ ਇਹਦੇ ਅੰਦਰਲੇ ਪਾਸੇ ਹੈਗਾ ਜੀ ਇੱਥੇ ਜਿਹੜਾ ਉਹ ਆਪਣਾ ਜੈਸਟ ਦਾ ਜਿਹਨੂੰ ਆਪਾਂ ਜੀ ਆਈ ਦਾ ਕਹਿ ਦਿੰਦੇ ਹਾਂ ਇਹ ਟੈਂਕ ਮੋਟਾ ਜੀ ਆਈ ਦਾ ਵਿਖਾ ਦਿੰਦੇ ਹਾਂ ਆਪਾਂ ਇਹਨੂੰ ਇੱਥੋਂ ਦੀ ਸ਼ੇਰਾ ਦੇਖਦਾ ਉਹ ਵੀ ਆਹ ਵਾਲਾ ਧੁੱਪ ਨਿਕਲੀ ਹੋਈ ਆ ਹੈ ਨਾ ਧੁੱਪ ਦੇ ਨਾਲ ਪਾਣੀ ਗਰਮ ਹੋ ਜਾਂਦਾ ਅਗਲੇ ਦਿਨ ਜਦੋਂ ਆਪਾਂ ਸੁਬਾਹ ਨਹਾਉਣਾ ਭਾਵੇਂ ਰਾਤ ਨੂੰ ਤੁਸੀਂ 2 ਵਜੇ ਨਹਾ ਲਓ ਤਾਂ ਵੀ ਤੁਹਾਨੂੰ ਪਾਣੀ ਤੱਤਾ ਹੀ ਮਿਲੂਗਾ ਇਹਦੇ ਕਿਉਂਕਿ ਥਰਮੋਸ ਹੈ ਅਤੇ ਜੇ ਆਪਾਂ ਇਹਦੀਆਂ ਰਾੜਾਂ ਦੀ ਗੱਲ ਕਰਦੇ ਹਾਂ ਜਿਹਨੂੰ ਆਪਾਂ ਟਿਊਬ ਕਹਿ ਦਿੰਦੇ ਇਹ ਵੈਕਿਊਮ ਟਿਊਬ ਹੁੰਦੀ ਆ ਆਹ ਵਾਲੀਆਂ ਟਿਊਬਾਂ ਜੀ ਆਪਾਂ ਫਿੱਟ ਕਰਾਂਗੇ ਅਸਲ ਦੇ ਵਿੱਚ ਇਹ ਵੈਕਿਊਮ ਕੀਤੀ ਹੁੰਦੀ ਹੈ ਟਿਊਬਾਂ ਪਹਿਲੇ ਦੀਆਂ ਪਈਆਂ ਟਿਊਬਾਂ ਅਤੇ ਇਸ ਤਰ੍ਹਾਂ ਹੁੰਦੀ ਆ ਜਿਨ੍ਹਾਂ ਨੇ ਕੱਚ ਦੀ ਥਰਮੋਸ ਦੇਖੀ ਹੋਊਗੀ ਉਹਦੇ ਵਿੱਚ ਨਾ ਇੱਕ ਬੋਤਲ ਜੀ ਪੈਂਦੀ ਹੁੰਦੀ ਹੈ ਕੱਚ ਦੀ ਥਰਮੋਸ ਦੇ ਵਿੱਚ ਅਤੇ ਉਹ ਵੀ ਇਹਦੇ ਤਰ੍ਹਾਂ ਵੈਕਿਊਮ ਕੀਤੀ ਹੁੰਦੀ ਆ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਹੀ ਜੇ ਇੱਥੋਂ ਆਹ ਕੱਚ ਟੁੱਟ ਗਿਆ ਅਤੇ ਇਹਦੇ ਵਿੱਚ ਜੋ ਹਵਾ ਚਲੀ ਜਾਊਗੀ ਅਤੇ ਇਹ ਵਾਲੀ ਟਿਊਬ ਖਤਮ ਆ ਉਸ ਤੋਂ ਬਾਅਦ ਇਹਨੇ ਪਾਣੀ ਤੱਤਾ ਨਹੀਂ ਕਰਨਾ ਤੁਸੀਂ ਤਾਂ ਵਾਸ਼ਿੰਗ ਮਸ਼ੀਨ ਵਾਲੇ ਮੋਟਰ ਕੱਢੀ ਜਾਂਦੇ ਇੱਥੇ ਹਵਾ ਆ ਜਾਂਦੀ ਨਾ ਇਹਦੇ 'ਚ ਪੈ ਜਾਂਦੀ ਹੈ ਇਹ ਓਰੀਜਨਲ ਦਾ ਵਿੱਚ ਲਿਖਿਆ ਹੋਇਆ ਸਾਰਾ ਕੁਝ ਇਹਦੇ ਆਹ ਦੇਖੋ ਟਿਊਬ ਦੇ ਵਿੱਚ ਲਿਖਿਆ ਵੀ ਵਾਕਈ ਹੀ ਇੰਟਰ ਸੋਲਰ ਵਿੱਚ ਵੀ ਲਿਖਿਆ ਓਰੀਜਨਲ ਲਿਖਿਆ ਹੋਇਆ ਪੂਰਾ ਚੇਟੀ ਦਿੰਦੇ ਆ ਭਾਜੀ ਜੇ ਆਪਾਂ ਇੱਥੋਂ ਇੱਕ ਚੱਕ ਕੇ ਰਾੜ ਸਹੀ ਰਾੜ ਸਹੀ ਹੈ ਨਾ ਹਰ ਦਾ ਚੱਕੀ ਇੱਕ ਚੱਕ ਇਹਦੇ ਆਪਾਂ ਪਾਣੀ ਪਾ ਕੇ ਰੱਖ ਸਕੀਏ ਉਹਨਾਂ ਟਾਈਮ ਆਪਾਂ ਤੁਹਾਨੂੰ ਕੰਮ ਕਰਨ ਦਾ ਤਰੀਕਾ ਵੀ ਦਿਖਾਵਾਂਗੇ ਨਾਲ ਦੀ ਨਾਲ ਹੀ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਅਤੇ ਉਹ ਗਰਮ ਹੋ ਜੂਗਾ ਇਹਦੇ ਬਚਾ ਕੇ ਜੇ ਕਿਤੇ ਰੱਖ ਦਿੰਦੇ ਹਾਂ ਉਹਦੇ ਵਿੱਚ ਰੱਖ ਦਈਏ ਆਪਾਂ ਇਹਦੇ ਵਿੱਚ ਖੜੀ ਕਰ ਦਈਏ ਲਓ ਜੀ ਆਪਾਂ ਨਾ ਤੁਹਾਨੂੰ ਦਿਖਾਉਂਦੇ ਹਾਂ ਕਿ ਪਾਣੀ ਇਹਦੇ ਵਿੱਚ ਕਿਸ ਤਰ੍ਹਾਂ ਤੱਤਾ ਹੁੰਦਾ ਜਿਵੇਂ ਕਿ ਆਹ ਵਾਲੀ ਰਾੜ ਆ ਹੈ ਨਾ ਅਤੇ ਹੁਣ ਮੈਂ ਇਹਦਾ ਟੈਂਪਰੇਚਰ ਤੁਹਾਨੂੰ ਦਿਖਾਉਣਾ ਇੱਥੋਂ ਅੰਦਰ ਦਾ ਪਹਿਲਾਂ ਬਾਹਰ ਦਾ ਦਿਖਾ ਦੇਵਾਂ ਆਹ ਤੁਸੀਂ ਵੇਖ ਸਕਦੇ ਹੋ ਕਿ 22 ਡਿਗਰੀ ਆਪਾਂ ਬਾਹਰ ਦਾ ਟੈਂਪਰੇਚਰ ਇਹਦਾ ਜੇ ਮੈਂ ਇਹਦਾ ਅੰਦਰ ਦਾ ਟੈਂਪਰੇਚਰ ਤੁਹਾਨੂੰ ਦਿਖਾਵਾਂ ਆਹ ਤੁਸੀਂ ਵੇਖੋ ਜੀ 131 ਡਿਗਰੀ ਤਾਪਮਾਨ ਇਹਦੇ ਅੰਦਰ ਦਾ ਜੀ ਤਾਂ ਕਰਕੇ ਪਾਣੀ ਨੂੰ ਉਬਾਲਾ ਦਿੰਦਾ ਇਹ ਆਹ ਦੇਖੋ ਵੱਧਦਾ ਜਾ ਰਿਹਾ 135 ਤੱਕ ਜਾ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਇਹ ਪਾਣੀ ਗਰਮ ਹੁੰਦਾ ਬਾਹਰੋਂ ਠੰਡਾ ਰਹੇਗਾ ਅੰਦਰੋਂ ਇਹ ਤੱਤਾ ਹੋ ਜਾਂਦਾ ਜੀ ਸ਼ੈਂਪੂ ਪਾ ਕੇ ਯਾਨੀ ਕਿ ਉਹਨੂੰ ਕੂਲਾ ਕਰ ਲੈਣਾ ਕਿਉਂਕਿ ਜੇ ਇਹ ਸ਼ੈਂਪੂ ਨਹੀਂ ਲੱਗਦਾ ਤਾਂ ਇਹ ਰਾੜ ਟੁੱਟ ਜਾਂਦੀ ਹੈ ਧੱਕਾ ਹੋ ਜਾਂਦਾ ਬਾਕੀ ਜੇ ਤੁਸੀਂ ਲਵਾਉਣਾ ਇਹ ਪੰਜਾਬ ਦੇ ਵਿੱਚ ਕਿਤੇ ਵੀ ਸੋਲਰ ਵਾਟਰ ਹੀਟਰ 'ਤੇ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਵੱਧ ਤੋਂ ਵੱਧ ਤੁਸੀਂ ਕਿੰਨੇ ਲੀਟਰ ਵਾਲਾ ਇਹ ਲਾਉਂਦੇ ਆ ਵੱਧ ਤੋਂ ਵੱਧ 500 ਲੀਟਰ ਜੀ ਕਿਉਂਕਿ 300 ਦਾ 1 ਬੰਦਾ ਜੀ 300 ਦਾ 1 ਅਤੇ 200 ਦਾ 1 ਹਾਂ 200 ਦਾ 1 ਠੀਕ ਆ ਇਹ ਵੈਸੇ ਜ਼ਿਆਦਾ ਲੋਕ ਜਿਵੇਂ ਹੋਟਲ ਵਗੈਰਾ ਹੈ ਨਾ ਉਹਦੇ ਵਿੱਚ ਬਹੁਤ ਲੱਗਿਆ ਜਾਂ ਸਕੂਲਾਂ 'ਚ ਹੋਟਲ ਜਾਂ ਸਕੂਲ ਅੱਜ ਕੱਲ੍ਹ ਤਾਂ ਘਰਾਂ 'ਚ ਵੀ ਭਾਜੀ ਆਮ ਹੋ ਗਏ ਹੋਸਟਲਾਂ ਦੇ ਵਿੱਚ ਕਿਉਂਕਿ ਬਿਜਲੀ ਮਹਿੰਗੀ ਹੋਣ ਕਰਕੇ ਇਹਦਾ ਸਹੂਲਤ ਬਹੁਤ ਆ ਪਹਿਲਾਂ ਟੈਂਕ ਹੁੰਦੇ ਸੀ ਜਿਹੜੇ ਕੰਮ ਨਹੀਂ ਕਰਦੇ ਸੀ ਅੱਜ ਕੱਲ੍ਹ ਤਾਂ
ਬਹੁਤ ਜ਼ਿਆਦਾ ਕੰਮ ਕਰਦੇ ਆ। ਇਹਨਾਂ ਦਾ ਬਾਈ ਹੋਣਾ ਲਵਾਇਆ ਸੀ, ਕਿੰਨੇ ਸਾਲ ਹੋ ਗਏ ਪਹਿਲਾਂ ਲੱਗੇ ਤੁਹਾਡੇ? ਤਕਰੀਬਨ ਬਾਈ ਜੀ 7 ਸਾਲ ਦੇ ਕਰੀਬ ਹੋ ਗਏ ਪਹਿਲਾਂ ਲੱਗੇ। ਠੀਕ ਹੈ। ਪਹਿਲਾਂ ਸਿਰਫ ਪ੍ਰੋਬਲਮ ਨੂੰ ਇਹ ਆਈ ਕਿ ਜਦੋਂ ਗਰਮੀ ਦੇ ਵਿੱਚ ਜ਼ਿਆਦਾ ਭਾਫ ਬਣੀ ਹੈ ਨਾ, ਭਾਫ ਬਣਨ ਦੇ ਕਾਰਨ ਸਟੀਲ ਟੈਂਕ ਹੋਣ ਕਾਰਨ ਉਹ ਟੈਂਕ ਫਟ ਗਿਆ। ਠੀਕ ਹੈ। ਉਹ ਕਿਤੋਂ ਲੀਕ ਹੋਣ ਦੇ ਕਾਰਨ ਸਾਰਾ ਜਿਹੜਾ ਸਟੈਂਡ ਸੀ ਇਹਦਾ ਗਲ ਗਿਆ। ਫਿਰ ਅਸੀਂ ਆਪਣੇ ਤੌਰ 'ਤੇ ਜਿਹੜਾ ਸਟੈਂਡ ਆ ਉਹ ਬਣਾਇਆ ਸੀ। ਅੱਛਾ, ਆਹ ਵਾਲਾ ਹੈ ਨਾ? ਹਾਂਜੀ, ਆਪ ਬਣਾਇਆ, ਚੰਗਾ ਮਜ਼ਬੂਤ ਬਣਾਇਆ। ਹਾਂਜੀ, ਉਹ ਫਿਰ ਵੀ ਉਹ ਥੋੜ੍ਹਾ ਬਹੁਤਾ ਲੀਕ ਹੁੰਦਾ ਰਿਹਾ, ਇਹਦੇ ਕਾਰਨ ਇਹ ਫਿਰ ਗਲ ਗਿਆ ਜੀ। ਹੁਣ ਅਸੀਂ ਸਾਰਾ ਹੀ ਦੁਬਾਰਾ ਲਾਉਣ ਲੱਗੇ ਹਾਂ ਨਵਾਂ ਹੀ। ਅਤੇ ਇਹਦਾ ਕਿੰਨਾ ਕੁ ਤੁਹਾਨੂੰ ਸੁੱਖ ਸੀਗਾ? ਸੁੱਖ ਬਾਈ ਇਹਦਾ ਬਹੁਤ ਜ਼ਿਆਦਾ ਜੀ। ਅੱਛਾ। ਇਹਦਾ ਇਹ ਹੈ ਵੀ ਕਿਤੇ ਆ ਜਦੋਂ ਧੁੰਦ ਜ਼ਿਆਦਾ ਪੈਂਦੀ ਹੈ ਨਾ, ਉਹਨਾਂ ਦਿਨਾਂ ਦੇ ਵਿੱਚ ਜਾ ਕੇ ਸਾਨੂੰ ਜਿਹੜੀ ਰਾਲ ਇਹਦੇ ਵਿੱਚ ਲੱਗੀ ਆ ਉਹ ਚਲਾਉਣੀ ਪੈਂਦੀ ਹੈ, ਅਦਰਵਾਈਜ਼ ਲੋੜ ਨਹੀਂ ਪੈਂਦੀ। ਵਧੀਆ ਕੰਮ ਕਰਦਾ ਇਹ, ਵਧੀਆ ਚੱਲਦਾ। ਤਕਰੀਬਨ ਸਾਡੇ ਪਰਿਵਾਰ ਜੁਆਇੰਟ ਫੈਮਿਲੀ ਆ ਸਾਡੀ, ਅਸੀਂ ਘੱਟੋ ਘੱਟ 15 ਜੀ ਇਕੱਠੇ ਆ। ਅੱਛਾ। ਵਧੀਆ ਸਰਦਾ ਜੀ ਇਹਦੇ ਨਾਲ ਨਹਾਉਣ ਧੋਣ ਦਾ? 2 ਲੀਟਰ ਸਰ ਦਿੰਦਾ? ਵਧੀਆ ਸਰ ਦਿੰਦਾ ਬਾਈ ਜੀ, ਨਾਲ ਦੇ ਨਾਲ ਗਰਮ ਕਰੀ ਜਾਂਦਾ ਪਾਣੀ ਉਹ। ਠੀਕ ਆ। ਉਹ ਕੁਛ ਜੀਆਂ ਨੇ ਦਿਨੇ ਨਹਾਉਣਾ ਹੁੰਦਾ ਹਨਾ? ਹੁਣ ਬੱਚੇ ਆ ਉਹ ਬਾਅਦ ਵਿੱਚ ਉੱਠਦੇ ਨੇ ਸਕੂਲ ਜਾਂਦੇ ਟਾਈਮ ਦੇ, ਅਸੀਂ ਪਹਿਲਾਂ ਉੱਠ ਜਾਣਾ ਜੀ, ਪਹਿਲਾਂ ਨਹਾ ਧੋ ਲੈਣਾ ਬੱਚਿਆਂ ਦੇ ਉੱਠੇ ਟਾਈਮ, ਫਿਰ ਪਾਣੀ ਗਰਮ ਹੋ ਜਾਂਦੇ ਉਦੋਂ ਰਾੜ ਚਲਾ ਲਈ ਦੀ ਆ ਉਹ ਘੰਟਾ ਕੁ। ਜਿਵੇਂ ਹੁਣ ਅੱਜ ਪਾਣੀ ਗਰਮ ਹੋ ਗਿਆ ਹੈ ਨਾ, ਤੇ ਜੇ ਰਾਤ ਨੂੰ ਕੋਈ 12-1-2 ਵਜੇ ਨਹਾਉਣਾ ਹੋਵੇ? ਕੋਈ ਗੱਲ ਨਹੀਂ ਬਾਈ ਜੀ, ਗਰਮੀ ਰਹਿਣਾ ਪਾਣੀ ਜੀ, ਗਰਮੀ ਰਹਿਣਾ ਜਦੋਂ ਮਰਜ਼ੀ, ਇਹ ਠੰਡਾ ਨਹੀਂ ਹੁੰਦਾ ਜੀ। ਠੀਕ ਹੈ। ਜਦੋਂ ਅਸੀਂ ਪਾਣੀ ਵਰਤ ਲਿਆ, ਧੁੱਪ ਨਹੀਂ ਹੈ, ਫਿਰ ਪਾਣੀ ਠੰਡਾ ਹੋਏਗਾ, ਫਿਰ ਤੁਹਾਨੂੰ ਰਾੜ ਚਲਾਉਣੀ ਪਏਗੀ, ਅਦਰਵਾਈਜ਼ ਨਹੀਂ ਚਲਾਉਣੀ ਪੈਂਦੀ। ਠੀਕ ਹੈ। ਲੈ ਉਧਰ ਉਧਰ। ਬਸ ਇਹ ਕੰਮ ਸਾਵਧਾਨੀ ਵਾਲਾ, ਜੇ ਥੋੜ੍ਹੀ ਗਲਤੀ ਹੋਈ ਤਾਂ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਇੱਥੇ, ਉਧਰ ਪਾਉਣੀ। ਰਬੜਾਂ ਬਾਅਦ 'ਚ ਪਾਉਣੀਆਂ ਇਹਦੇ 'ਚ? ਰਬੜਾਂ ਪਾਉਣੀਆਂ। ਠੀਕ ਹੈ। ਰਬੜਾ ਪਾਉਣੀ ਕਰੀਦਾ, ਇਹਨਾਂ ਨੂੰ ਚੈੱਕ ਕਰਦੇ ਟੈਂਕ, ਫਿਰ ਕੱਸਾਂਗੇ। ਇਹਦੀ ਕਾਣੋ ਕੱਢਦੇ ਆ? ਹਾਂ, ਹੈ ਨਾ, ਕਾਣੋ ਕੱਢਣ ਲੱਗੇ ਆ, ਕਾਣੋ ਕੱਢਣ ਲੱਗੇ ਜੀ ਸਾਰੀ। ਠੀਕ ਆ। ਤੇ ਜਿਹੜਾ ਆਹ ਵਾਲਾ ਸਟਰਕਚਰ ਆ ਇਹਦਾ ਹੈ ਨਾ, ਇਹ ਯਾਰ ਹਲਕਾ ਯਾਰ ਨਹੀਂ, ਹਲਕਾ ਨਹੀਂ ਇਹ, ਮਤਲਬ ਪਾਣੀ ਤੋਂ ਬਿਨਾਂ ਗਲਦਾ ਨਹੀਂ ਭਾਜੀ, ਇਹ ਰੰਗ ਬਹੁਤ ਘੈਂਟ ਕੀਤਾ ਹੋਇਆ ਭਾਜੀ, ਪਾਣੀ ਲੀਕਣ ਲੱਗ ਗਿਆ, ਪਾਣੀ ਲੀਕਦਾ ਉਹ ਵੀ ਗਲਦਾ, ਐਡਾ ਐਡਾ ਮਜ਼ਬੂਤ ਲਾਇਆ ਉਹ ਵੀ ਗਲ ਗਿਆ, ਜੇ ਪਾਣੀ ਨਹੀਂ ਲੀਕਦਾ ਫਿਰ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਜਦੋਂ ਲੀਕਣ ਲੱਗਾ ਫਿਰ ਇਹਨੇ ਗਲ ਹੀ ਜਾਣਾ, ਜਿਹੜਾ ਮਰਜ਼ੀ ਲਾ ਲਓ ਜੀ। ਗਰਮੀਆਂ ਦੇ ਵਿੱਚ ਢੱਕੇ ਵੀ ਰੱਖਣਾ ਪੈਂਦਾ ਹੈ ਨਾ, ਗਰਮੀ ਦੇ ਵਿੱਚ ਕਾਫੀ ਲੋਕਾਂ ਦੇ ਤਰਪਾਲ ਬਣਾਏ ਹੋਏ ਆ, ਅਸੀਂ ਵੀ ਤਰਪਾਲ ਪਾਉਣੇ ਆ ਤੇ ਗਰਮੀ ਵਿੱਚ। ਹਾਂ, ਜੇ ਨਹੀਂ ਪਾਉਂਦੇ ਤਾਂ ਤਗੜਾ ਪਾਣੀ ਬਹੁਤ ਜ਼ਿਆਦਾ ਗਰਮ ਹੋ ਜਾਂਦਾ, ਜਿਹੜੀ ਪਾਈਪ ਆ ਨਾ, ਪਾਈਪ ਪਿਘਲ ਜਾਂਦੀ ਹੈ ਪਾਣੀ ਨਾਲ। ਠੀਕ ਆ। ਕਿਉਂਕਿ ਇਹਦੇ ਵਿੱਚ ਕਿਹੜਾ ਕੋਈ ਆਟੋ ਕੱਟ ਇਹਨੇ ਤਾਂ ਪਾਣੀ ਤੱਤਾ ਕਰੀ ਜਾਣਾ ਆਪਦਾ। ਜਿਹੜੀ ਇਹਦੀ ਲਾਈਫ ਆ ਕਿੰਨੀ ਕੁ ਆ ਇਹਦੀ, ਆ ਕੱਚ ਦੀ ਰਾਡ ਦੀ? ਰਾਡ ਭਾਜੀ ਟੁੱਟੇ ਬਿਨਾਂ ਕਦੀ ਨਹੀਂ ਖਰਾਬ ਹੁੰਦੀ ਜੀ। ਹਾਂ, ਉਹ ਆਓ ਆਪਾਂ ਜਿਹੜੇ ਪਹਿਲਾਂ ਚੈੱਕ ਕੀਤਾ ਟੈਂਪਰੇਚਰ ਆਹ ਵਾਲਾ ਹੈ ਨਾ, ਉਹ ਕਿੰਨੀਆਂ ਪੁਰਾਣੀਆਂ ਰਾਡਾਂ ਪੁਰਾਣੀਆਂ ਤੇ ਵੇਖੋ ਨਾ, 130-135 ਡਿਗਰੀ ਜਾ ਚੁੱਕਿਆ ਸੀ ਇਹਦੀ। ਮੰਨ ਕੇ ਚਲੋ ਸੂਰਜ ਤੇ ਇਹੀ ਡਿਪੈਂਡ ਕਰਦਾ, ਆਪਾਂ ਉਹਦੀ ਪਹਿਲਾਂ ਲੋਕੇਸ਼ਨ ਦੇਖਦੇ ਹਾਂ ਕਿ ਸੂਰਜ ਕਿੱਦਾਂ ਨਿਕਲਦਾ ਸਾਡੇ, ਹੁਣ ਇੱਥੋਂ ਇੱਧਰੋਂ ਚੜ੍ਹਦਾ। ਅੱਛਾ। ਇੱਦਾਂ ਘੁੰਮ ਕੇ ਇੱਥੇ ਜਾ ਕੇ ਛਿਪਦਾ। ਹਾਂ, ਅਸੀਂ ਇਹਨੂੰ ਇਸ ਸਾਈਡ ਨੂੰ ਕਰਦੇ ਹਾਂ ਮੂੰਹੇ ਦਾ, ਫਿਰ ਤਾਂ ਉਹੀ ਡਾਇਰੈਕਸ਼ਨ ਹੋ ਗਈ, ਸੋਲਰ ਵਾਲੀ ਡਾਇਰੈਕਸ਼ਨ ਹੋ ਗਈ, ਸੇਮ ਉਹੀ ਹੈ, ਸੇਮ ਡਾਇਰੈਕਸ਼ਨ ਆ। ਜੇ ਗਲਤ ਚਲਾ ਗਿਆ ਤਾਂ ਕੰਮ ਨਹੀਂ ਕਰਨਾ, ਜੇ ਮੈਂ ਇਹਨੂੰ ਐਂ ਲਾ ਦਿਆਂ ਤੇ ਇਹਨੇ ਜਵਾਨੀ ਪਾਣੀ ਗਰਮ ਕਰਨਾ, ਐਂ ਚੜ੍ਹਦੇ ਨੂੰ ਲਾ ਜਾਂਗੇ ਤਾਂ ਵੀ ਨਹੀਂ ਗਰਮ ਕਰਨਾ, ਠੀਕ ਹੈ, ਇਹਨੂੰ ਲਾ ਦਿਆਂਗੇ ਤਾਂ ਵੀ ਨਹੀਂ ਗਰਮ, ਠੀਕ ਹੈ ਠੀਕ ਹੈ, ਜੇ ਇਹਦੀ ਦਿਸ਼ਾ ਸਹੀ ਆ ਫਿਰ ਇਹਨੂੰ ਲਾਉਣ ਦੀ ਤਕਨੀਕ ਆ, ਇਹਨੂੰ ਤੁਸੀਂ ਗਲਤ ਨਹੀਂ ਲਾ ਸਕਦੇ, ਇਹਦੀਆਂ ਜਿਹੜੀਆਂ ਰਬੜਾਂ ਵਗੈਰਾ ਵਾ ਜਾਂ ਇਹਦੀ ਫਿਟਿੰਗ ਆ, ਪੂਰੀ ਇੰਸੂਲੇਟਰ ਕਰਨੀ ਪੈਂਦੀ ਆ, ਪਾਣੀ ਵਾਲੀਆਂ ਪਾਈਪਾਂ ਵਾ ਜਿਹੜੀਆਂ ਸਾਰੀਆਂ ਇੰਸੂਲੇਟਰ ਕਰਨੀਆਂ ਪੈਂਦੀਆਂ, ਠੀਕ ਆ, ਜੋ ਇਹਦੀਆਂ ਏਅਰ ਵਗੈਰਾ ਵਾ ਸਾਰੀ ਉਹ ਪ੍ਰੋਪਰ ਕੱਢਣੀ ਪੈਂਦੀ ਆ, ਏਅਰ ਨਹੀਂ ਕੱਢਦੇ ਤਾਂ ਗਰਮੀ 'ਚ ਇਹ ਤੇ ਆਹ ਕੀਤੀਆਂ ਨੇ ਕਰ ਲਈਆਂ ਉਹਨਾਂ ਨੇ, ਇਹ ਸਾਰੀਆਂ ਨੂੰ ਇੰਸੂਲੇਟਰ ਕਰਨੀ ਆ, ਪਹਿਲਾਂ ਕੀਤੀ ਨਹੀਂ ਹੋਈ। ਠੀਕ ਆ, ਵੇਸਟ ਬਹੁਤ ਹੋ ਜਾਂਦਾ ਨਾ। ਹਾਂਜੀ, ਬਾਕੀ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਉਵੇਂ ਉਵੇਂ ਪਤਾ ਲੱਗਦਾ ਵੀ ਆਹ ਚੀਜ਼ ਲਾਜ਼ਮੀ ਆ, ਮਤਲਬ ਸਾਰੀ ਪੈਪ ਨੂੰ ਇੰਸੂਲੇਟਰ ਕਰਨਾ ਔਰ ਏਅਰ ਵਗੈਰਾ ਕੱਢਣੀ ਇਹਦੀ ਬਹੁਤ ਜ਼ਰੂਰੀ ਆ। ਠੀਕ ਆ ਠੀਕ ਆ ਠੀਕ ਆ, ਚਲੋ। ਅਤੇ 100 ਲੀਟਰ ਵਾਲੇ 'ਚ 10 ਰਾੜਾਂ, 200 ਵਾਲੇ 'ਚ 20 ਅਤੇ 300 ਵਾਲੇ 'ਚ 30, ਯਾਨੀ ਕਿ ਇੱਕ ਜਿਹੜੀ ਰਾੜ ਆ ਉਹ 10 ਲੀਟਰ ਪਾਣੀ ਗਰਮ ਕਰਦੀ ਆ, ਸਿੱਧਾ ਹਿਸਾਬ ਆ ਨਾ। ਹਾਂਜੀ ਸਰ। ਬਸ ਕੱਢਦੀ ਕਾਹਨੂੰ? ਕੱਢਦੀ ਵੀ ਕੱਢਦੀ। ਅਤੇ ਆਹ ਗੱਟੀਆਂ ਬਾਅਦ 'ਚ ਲਾਉਣੀਆਂ ਇੱਥੇ? ਹਾਂਜੀ ਸਰ। ਐਂਕਰ ਬੋਲਟ? ਹਾਂਜੀ। ਜੇ ਰਾਡ ਨਹੀਂ ਵੀ ਲਾਉਣੀ ਤੇ ਆ ਢੱਕਣ ਜਿਹਾ ਦਿੱਤਾ ਇੱਥੇ, ਕਹਿ ਦੇ ਆਹੀ ਦਿੱਤਾ ਨਾ ਐਂਡ ਕੈਪ ਇਹ। ਹਾਂਜੀ, ਮੈਂ ਐਂਡ ਕੈਪ ਇਸ ਲਈ ਦਿੱਤਾ, ਜੇ ਤੁਸੀਂ ਨਹੀਂ ਲਾਉਣੀ ਤਾਂ ਗਰਮੀ 'ਚ ਤੁਸੀਂ ਕੱਢ ਸਕਦੇ ਹਾਂ, ਸਰਦੀ 'ਚ ਲਾਉਣੀ ਆ ਲਾਓ, ਨਹੀਂ ਲਾਉਣੀ ਤੁਹਾਡੀ ਇੱਛਾ। ਠੀਕ ਹੈ, ਲਓ ਜੀ 10 ਰਾਡਾਂ ਲੱਗ ਗਈਆਂ ਅਤੇ 11ਵੀਂ ਲਾ ਤੀ ਆ, ਹਾਂ ਦੂਜਾ ਡੱਬਾ ਖੋਲ੍ਹ ਲਿਆ ਸੀ। ਤੁਸੀਂ ਤਾਂ ਹਮੇਸ਼ਾ ਹੀ ਰਹਿੰਦੇ ਆ। ਮੈਂ ਵੀ ਐਤਵਾਰ ਵਿਹਲਾ ਹੁੰਦਾ, ਮੈਂ ਕੀ ਕਰਾਂ,
ਵਧੀਆ ਹੋ ਗਿਆ ਜੀ। ਇਸ ਤਰ੍ਹਾਂ ਜੋ ਆਪਣਾ ਸੋਲਰ ਵਾਟਰ ਹੀਟਰ ਉਹ ਫਿੱਟ ਕੀਤਾ ਗਿਆ, ਇਸ ਤੋਂ ਬਾਅਦ ਇਹਦੇ ਜੋ ਕਨੈਕਸ਼ਨ ਉਹ ਕੀਤੇ ਜਾਣਗੇ, ਕਿਉਂਕਿ ਜਿਹੜੇ ਇਸ ਪਾਈਪ ਦਾ ਆਊਟ ਆ ਅਤੇ ਇਹਦਾ ਥੋੜ੍ਹਾ ਫਰਕ ਹੈ, ਕਨੈਕਸ਼ਨ ਦੁਆਰਾ ਕਰਨੇ ਆ। ਆਪਾਂ ਤੁਹਾਨੂੰ ਮੇਨ ਚੀਜ਼ ਦਿਖਾਤੀ ਆ ਜੀ, ਅਤੇ ਇਹਦਾ ਜੋ ਵਰਕ ਆ ਕੰਮ ਕਿਸ ਤਰ੍ਹਾਂ ਕਰਦਾ ਉਹ ਦਿਖਾ ਦਿੱਤਾ। ਅੱਜ ਦੀ ਵੀਡੀਓ ਆਪਣੀ ਇੰਨੀ ਸੀ, ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।